ਇਸ ਵੇਲੇ ਸਾਡੇ ਨਾਲ ਨੇ ਸਿਮਰਤ ਸ਼ਰਮਾ ਜੋ ਕਿ ਸੈਕਟਰੀ ਆਫ ਆਰਟਸਕੇਪ ਨੇ ਅਤੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜਾ ਈਵੈਂਟ ਹੋ ਰਿਹਾ ਹੈ ਆਲ ਇੰਡੀਆ ਵੂਮੈਨ ਕੰਟੈਂਪਰੇਰੀ ਆਰਟ ਐਗਜੀਬਿਸ਼ਨ ਅਤੇ ਉਹਦੇ ਬਾਰੇ ਮੈਮ ਤੋਂ ਵਧੇਰੀ ਜਾਣਕਾਰੀ ਲੈਣੀ ਮੈਮ ਥੋੜ੍ਹੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਇਹ ਈਵੈਂਟ ਬਾਰੇ ਥੋੜ੍ਹਾ ਜਿਹੜਾ ਇਹ ਟਿਪੀਕਲ ਐਗਜੀਬਿਸ਼ਨ ਹੈਗਾ ਵੂਮੈਨ ਆਰਟਿਸਟ ਕੰਟੈਂਪਰੇਰੀ ਆਰਟ ਐਗਜੀਬਿਸ਼ਨ ਇਹ ਪੂਰੇ ਅਸੀਂ ਇੰਡੀਆ ਵਾਸਤੇ ਓਪਨ ਕਰਦੇ ਹੈਗੇ ਹਾਂ ਦਸੰਬਰ 'ਚ ਵੇਅਰ ਇਨ ਵੀ ਕਾਲ ਇਨ ਐਂਟਰੀਜ਼ ਫਰੋਮ ਆਲ ਅਕਰੋਸ ਇੰਡੀਆ ਅਤੇ ਉਹਨਾਂ 'ਚੋਂ ਫਿਰ ਇੱਕ ਪ੍ਰੀ ਸਿਲੈਕਸ਼ਨ ਹੁੰਦੀ ਹੈ ਉਸ ਤੋਂ ਬਾਅਦ ਅਸੀਂ 150 ਆਰਟਿਸਟ ਦੇ ਕੰਮ ਸਿਲੈਕਟ ਕਰਦੇ ਹੈਗੇ ਹਾਂ ਫਿਰ ਉਸ ਤੋਂ ਬਾਅਦ ਇੱਕ ਹੋਰ ਜਿਊਰੀ ਹੁੰਦੀ ਹੈਗੀ ਹੈ ਅਤੇ ਉਸ ਤੋਂ ਅਸੀਂ 7 ਅਵਾਰਡੀਸ ਅਤੇ ਮੈਰਿਟ ਬੱਚੇ ਜਿਹੜੇ ਹੈਗੇ ਆ ਉਹ ਸਿਲੈਕਟ ਕਰਦੇ ਹੈਗੇ ਆ ਅਤੇ ਹੁਣ ਜਿਹੜਾ ਤੁਸੀਂ ਇਹ ਐਗਜੀਬਿਸ਼ਨ ਦੇਖ ਰਹੇ ਹੋ ਇਹ 4th ਹੈਗੀ ਹੈ ਇਸੇ ਦੀ ਰੋਅ ਵਿੱਚ ਐਂਡ ਇਹ ਸਾਡੀ ਸੰਸਥਾ ਕਰਾ ਰਹੀ ਹੈ ਜੋ ਕਿ ਆਰਟਸਕੇਪਸ ਹੈਗੀ ਹੈ ਅਤੇ ਇਹ ਇੱਕ ਐਨ ਜੀ ਓ ਹੈਗੀ ਹੈ ਸਾਡਾ ਬੇਸਿਕ ਪਰਪਸ ਇਹ ਹੈਗਾ ਇਹ ਉਹਨਾਂ ਵਾਸਤੇ ਆਰਟਿਸਟ ਉਹਨਾਂ ਆਰਟਿਸਟ ਵਾਸਤੇ ਹੈਗੀ ਹੈ ਜਿਨ੍ਹਾਂ ਕੋਲ ਇੱਕ ਪਲੇਟਫਾਰਮ ਨਹੀਂ ਹੈਗਾ ਆਪਣੀ ਐਗਜੀਬਿਸ਼ਨ ਖੁਦ ਲਗਾਉਣ ਵਾਸਤੇ ਹੁਣ ਤੁਸੀਂ ਇੱਥੇ ਵੇਖੋਗੇ ਜਿਹੜੀ ਲੇਡੀ ਸਾਡੀ ਫਸਟ ਆਈ ਹੈ ਇਸ ਵਾਰਡ ਦੀ ਜਿਹੜੀ ਅਵਾਰਡੀ ਹੈਗੀ ਹੈ ਉਹ ਜੇ ਜੇ ਸਕੂਲ ਤੋਂ ਹੈਗੀ ਹੈ ਅਤੇ ਇੱਕ ਉੱਥੇ ਇੱਕ ਕੁੜੀ ਹੈਗੀ ਹੈ ਰਿਆ ਘੋਸ਼ ਹੂ ਇਜ਼ ਜਸਟ 23 ਈਅਰਸ ਓਲਡ ਸੋ ਯੂ ਸੀ ਇਟਸ ਅ ਡਿਫਰੈਂਟ ਕਲਚਰਲ ਬੈਕਗਰਾਊਂਡ ਡਿਫਰੈਂਟ ਏਜਸ ਐਂਡ ਬਟ ਸਟਿਲ ਦੇਅਰ ਆਲ ਹੇਅਰ ਟੂ ਪਾਰਟੀਸੀਪੇਟ ਇਨ ਟੂ ਦਿਸ ਈਵੈਂਟ ਐਂਡ ਸੋ ਤੁਸੀਂ ਜਾ ਕੇ ਕੰਮ ਦੇਖੋਗੇ ਹਰ ਟਾਈਪ ਦਾ ਕੰਮ ਹੈਗਾ ਇੱਥੇ ਵੁੱਡ ਕੱਟ ਹੈ ਫੋਟੋਗ੍ਰਾਫੀ ਹੈ ਪੇਂਟਿੰਗਸ ਹੈਗੀਆਂ ਅਤੇ ਸਕਲਪਚਰਸ ਹੈਗੇ ਹੈ ਸੋ ਇਟ ਇਜ਼ ਨੋਟ ਲਿਮਿਟਡ ਟੂ ਵਨ ਟਿਪੀਕਲ ਕੈਟੇਗਰੀ ਅਤੇ ਮੈਮ ਸਾਡੇ ਦਰਸ਼ਕਾਂ ਨੂੰ ਇਹਦੇ ਕਿਉਂਕਿ ਵੈਨਿਊ ਅਤੇ ਡੇਟਸ ਬਾਰੇ ਥੋੜ੍ਹਾ ਦੱਸੋਗੇ ਕਿਉਂਕਿ ਸਾਰੇ ਸਟੂਡੈਂਟ ਜਾਣਨਾ ਚਾਹਣਗੇ ਕਿੱਥੇ ਹੋ ਰਿਹਾ ਹਾਂਜੀ ਇਹ ਹੈਗਾ ਜੀ ਪੰਜਾਬ ਯੂਨੀਵਰਸਿਟੀ ਦੇ ਫਾਈਨ ਆਰਟਸ ਮਿਊਜ਼ੀਅਮ ਵਿੱਚ ਅਤੇ ਇਹ ਸਾਡਾ ਇਹੀ ਵੈਨਿਊ ਸਾਡਾ ਪਿਛਲੇ 4 ਸਾਲ ਤੋਂ ਚੱਲਦਾ ਆ ਰਿਹਾ ਹੈਗਾ ਅਤੇ ਇਹ ਅੱਜ ਤੋਂ ਲੈ ਕੇ ਟਿਲ 6th ਅਪ੍ਰੈਲ ਤੱਕ ਇੱਥੇ ਹੀ ਰਹੇਗੀ 9 to 5 ਸੰਡੇ ਔਫ ਸੋ ਦੋਸਤੋ ਮੈਮ ਨੇ ਤੁਹਾਨੂੰ ਦੱਸਿਆ ਹੈ ਈਵੈਂਟ ਜਿਹੜਾ ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਹੋ ਰਿਹਾ 25 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਅਤੇ ਸਾਰੇ ਦੋਸਤੋ ਜ਼ਰੂਰ ਪਹੁੰਚਣਾ ਫਾਈਨ ਆਰਟਸ ਮਿਊਜ਼ੀਅਮ ਦੇ ਵਿੱਚ ਦੇਖਦੇ ਰਹੋ ਕੈਂਪਸ ਟੀਵੀ ਯੂ ਮਿਸ ਨਥਿੰਗ